ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਘੱਟੋ ਘੱਟ 300 ਬੰਦੇ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਇਸ ਨਾਲ ਸੰਬੰਧਿਤ ਜੁੜੇ ਪਰਿਵਾਰ ਆਪਦਾ ਪੇਟ ਪਾਲ ਸਕਣ ਅਤੇ ਭੁੱਖਮਰੀ ਤੋਂ ਬਚ ਲੋਕ ਬੇਰੁਜ਼ਗਾਰੀ ਨਾਲ ਭੁੱਖ ਨਾਲ ਮਰ ਰਹੇ ਆ ਆਉਣ ਵਾਲੇ ਫਿਊਚਰ ਦੇ ਵਿੱਚ ਲੋਕ ਸੁਸਾਈਡ ਕਰਨਗੇ ਕੋਈ ਗਲਤ ਸੰਗਤ ਦੇ ਵਿੱਚ ਪਊਗੇ ਇਸ ਨਾਲ ਚੰਗਾ ਸਾਡਾ ਕੰਮ ਕਾਰ ਚਲਾ ਦਿੱਤੇ ਜਾਣ ਅਸੀਂ ਕਿਸੇ ਤੋਂ ਕੋਈ ਆਟਾ ਦਾਲ ਸਕੀਮ ਨਹੀਂ ਮੰਗ ਰਹੇ ਅਸੀਂ ਆਪਦੇ ਰੁਜ਼ਗਾਰ ਚਲਾਉਣ ਦੇ ਲਈ ਬੇਨਤੀ ਕਰ ਰਹੇ ਹਾਂ ਕੋਈ ਨਾ ਕੋਈ ਹੱਲ ਬਣੇ ਨਾ ਤਕਰੀਬਨ ਤਕਰੀਬਨ ਬੇਟਰ ਸਟਾਨਾ ਵਾਲੇ ਸਫਾਈ ਵਾਲੇ ਮਾਈਆਂ ਭਾਂਡੇ ਧੋਣ ਵਾਲੀਆਂ ਹਲਵਾਈ ਸਾਰੇ ਅੱਜ ਭੁੱਖਮਰੀ ਦੇ ਕਗਾਰ 'ਤੇ ਨੇ ਕਰੋਨਾ ਨਾਲ ਨਹੀਂ ਮਰਦੇ ਜੇ ਇਹ ਮਹੀਨਾ 15 ਦਿਨ ਨਾ ਚੱਲਿਆ ਕਰੋਨਾ ਤੋਂ ਪਹਿਲਾਂ ਇਹ ਮਾਰ ਕੱਢਦੀ ਸਕਦਾ ਪੈਲਸ ਜਿਹੜੇ ਬੰਦ ਪਏ ਨੇ ਖੋਲ੍ਹੇ ਜਾਣਗੇ ਇਹਦੇ ਨਾਲ ਸਾਰੇ ਕਾਰੋਬਾਰ ਚੱਲਣਗੇ ਚਾਹੇ ਉਹ ਹਲਵਾਈ ਦੀ ਦੁਕਾਨ ਆ ਚਾਹੇ ਉਹ ਮੀਟਰ ਆ ਚਾਹੇ ਉਹ ਕੈਟਰ ਆ ਚਾਹੇ ਮਨਿਆਰੀ ਵਾਲਾ ਜੀ ਚਾਹੇ ਕੱਪੜੇ ਵਾਲਾ ਚਾਹੇ ਗੋਲਡ ਵਾਲਾ ਫਿਰ ਸਾਡੇ ਨਾਲ ਹੀ ਚੱਲਦੇ ਹੋ ਸਾਰੇ ਬੰਦੇ ਸਾਡੇ ਨਾਲ 12 ਯੂਨੀਅਨ ਜਿਵੇਂ ਕੈਟਰ ਯੂਨੀਅਨ ਹੋ ਗਈ ਜੀ ਮੀਟਰ ਯੂਨੀਅਨ ਹੋ ਗਈ ਟੈਂਟ ਯੂਨੀਅਨ ਹੋ ਗਈ ਬੈਂਡ ਯੂਨੀਅਨ ਹੋ ਗਈ ਸਟੂਡੀਓ ਯੂਨੀਅਨ ਹੋ ਗਈ ਅਤੇ ਸਾਊਂਡ ਯੂਨੀਅਨ ਹੋ ਗਈ ਹਲਵਾਈ ਯੂਨੀਅਨ ਹੋ ਗਈ ਇਸ ਤਰ੍ਹਾਂ ਸਾਰੇ ਯੂਨੀਅਨ ਸਾਡੇ ਨਾਲ ਨੇ ਅਤੇ ਜੋ ਵੀ ਸਾਡੇ ਨਾਲ ਹੋਰ ਯੂਨੀਅਨ ਸਾਨੂੰ ਤਿਆਰ ਆ ਜਿਵੇਂ ਕਿਸਾਨ ਯੂਨੀਅਨ ਦੇ ਨਾਲ ਅਸੀਂ ਜਾਂਦੇ ਰਹਿੰਦੇ ਕਿਸਾਨ ਯੂਨੀਅਨ ਸਾਨੂੰ ਵੀ ਇੱਕ ਤਰ੍ਹਾਂ ਦੇ ਸਵਰਥ ਦੇ ਨੂੰ ਤਿਆਰ ਬੈਠੀ ਜੀਡੀਪੀ ਜਿਹੜੀ ਆ ਜੀਡੀਪੀ ਦੇਖੋ ਕਿੱਥੇ ਆ ਗਈ 9% ਜੀਡੀਪੀ ਹੋਰ ਡਾਊਨ ਥੱਲੇ ਚੱਲ ਗਈ ਉਹ ਸਰਕਾਰਾਂ ਹੱਥ ਖੜੇ ਕਰ ਸਕਦੇ ਆਮ ਬੰਦੇ ਹੱਥ ਤਾਂ ਵੈਸੇ ਖੜੇ ਹੋ ਜਾਣਗੇ ਗੱਲ ਹੀ ਕੁਛ ਨਹੀਂ ਹੈ ਕੈਪਟਨ ਸਾਹਿਬ ਸਾਨੂੰ ਬੇਰੁਜ਼ਗਾਰ ਨਾ ਕਰੋ ਅਸੀਂ ਅੱਜ ਸੜਕਾਂ 'ਤੇ ਆਏ ਹਾਂ ਤਾਂ ਕਰਕੇ ਆਏ ਜੇ ਸਾਡਾ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਜੀ ਸੜਕਾਂ 'ਤੇ ਉੱਤਰਨ ਨੂੰ ਠੀਕ ਹੈ ਜੀ ਅੱਜ ਸੜਕਾਂ 'ਤੇ ਆਏ ਹਾਂ ਕੱਲ੍ਹ ਨੂੰ ਆਤਮ ਹੱਤਿਆਵਾਂ ਹੋਣਗੀਆਂ ਲੋਕ ਮਰਨਗੇ ਜੀ ਲੋਕ ਭੁੱਖੇ ਮਰਾਂਗੇ ਅਸੀਂ ਕਰੋਨਾ ਨਾਲ ਨਹੀਂ ਜੀ ਭੁੱਖਮਰੀ ਨਾਲ ਜ਼ਰੂਰ ਮਰ ਜਾਵਾਂਗੇ ਰਿੰਚ ਪੈਲੇਸ ਐਸੋਸੀਏਸ਼ਨ ਅਤੇ ਸ਼ਹਿਰ ਦੀਆਂ 12 ਯੂਨੀਅਨਾਂ ਜਿਸ ਵਿੱਚ ਡੀਜੇ ਸਾਊਂਡ ਫੋਟੋਗ੍ਰਾਫਰ ਹਲਵਾਈ ਆਦਿ ਵੱਲੋਂ ਬਰਨਾਲਾ ਸ਼ਹਿਰ ਵਿੱਚ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਅੱਜ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦਿਆਂ ਇਹਨਾਂ ਕਾਰੋਬਾਰਾਂ ਤੋਂ ਪੈਦਾ ਹੋਈ ਬੇਰੁਜ਼ਗਾਰੀ ਬੇਬਸੀ ਅਤੇ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਕਿਹਾ ਕਿ ਪਿਛਲੇ 7 ਮਹੀਨੇ ਤੋਂ ਠੱਪ ਪਏ ਕਾਰੋਬਾਰ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਅੱਜ ਕੀਤਾ ਗਾ ਸਾਡੇ 7 ਮਹੀਨਿਆਂ ਤੋਂ ਜਿਹੜੇ ਇਹ ਪੈਲਸ ਨਾਲ ਜੁੜੇ ਹੋਏ ਕਾਰੋਬਾਰ ਆ ਉਹ ਟੋਟਲ ਭੁੱਖਮਰੀ ਦੀ ਕਗਾਰ ਦੇ ਵਿੱਚ ਜਿਹੜੇ ਇਹਦੇ ਪਹੁੰਚ ਚੁੱਕੇ ਆ ਮੈਂ ਇਹ ਸਮਝਦਾ ਵੀ ਕਰੋੜ 19 ਨਾਲ ਲੋਕ ਘੱਟ ਮਰਨਗੇ ਭੁੱਖਮਰੀ ਨਾਲ ਲੋਕ ਜ਼ਿਆਦਾ ਮਰਨਗੇ ਇਸ ਕਰਕੇ ਅਸੀਂ ਇਹ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਮੋਟਰਸਾਈਕਲਾਂ ਅਤੇ ਕਾਰਾਂ 'ਤੇ ਸਾਡੀਆਂ 12 ਯੂਨੀਅਨ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਅਸੀਂ ਕੀਤਾ ਗਾ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ 21 ਤਰੀਕ ਤੋਂ ਸਾਡੇ ਬੰਦ ਪਏ ਜਿਹੜੇ ਕਾਰੋਬਾਰ ਆ ਉਹ ਲਗਾਤਾਰ ਖੋਲ੍ਹੇ ਜਾਣ ਕਿਉਂਕਿ ਜੇ ਅੱਜ ਸਰਕਾਰ ਸਾਨੂੰ ਖੋਲ੍ਹ ਲਿਆ ਤਾਂ 2-3 ਮਹੀਨਿਆਂ 'ਤੇ ਸਾਨੂੰ ਕੋਈ ਗਾਈਡਲਾਈਨ ਦੇ ਕੇ ਤਾਂ ਹੀ ਸਾਡੀ ਬੁਕਿੰਗ ਜਿਹੜੀ ਆ ਚਾਲੂ ਹੁੰਦੀ ਆ 2-3 ਮਹੀਨੇ ਸਾਡੇ ਕਾਰੋਬਾਰ ਫਿਰ ਚੱਲਣਗੇ ਇਸ ਕਰਕੇ ਅਸੀਂ ਸਰਕਾਰ ਤੋਂ ਪਰਜ਼ੋਰ ਮੰਗ ਕਰਦੇ ਵੀ 21 ਤਰੀਕ ਨੂੰ ਹਰ ਹਾਲਤ ਦੇ ਵਿੱਚ 200-250 ਬੰਦਿਆਂ ਪ੍ਰੋਗਰਾਮ ਕਰਨ ਦੀ ਜਾਂਚ ਕੀਤੀ ਜਾਵੇ ਕਿਉਂਕਿ ਸਾਡੇ ਕੋਲ ਜਗ੍ਹਾ ਜਿਹੜੀਆਂ ਨੇ ਉਹ ਕਾਫੀ ਹੱਦ ਤੱਕ 5-6-4 ਏਕੜ ਦੇ ਵਿੱਚ ਹੈਗੀਆਂ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਕੁਝ ਹਦਾਇਤਾਂ ਰੱਖ ਕੇ ਕੰਮ ਕਾਰੋਬਾਰ ਸ਼ੁਰੂ ਕਰਨ ਦੇ ਗਾਈਡਲਾਈਨ ਦਿੱਤੇ ਹਨ ਪਰ ਪੰਜਾਬ ਸਰਕਾਰ ਨੂੰ ਪਤਾ ਨਹੀਂ ਕੀ ਸਮੱਸਿਆ ਹੈਗੀ ਇਹ ਸਾਡੀ ਕੋਈ ਵੀ ਨਹੀਂ ਸੁਣ ਰਿਹਾ ਕੈਪਟਨ ਸਰਕਾਰ ਨੂੰ ਸਾਡੀ ਬੇਨਤੀ ਹੈ ਸਾਡੇ ਸਾਰੇ ਹੀ ਯੂਨੀਅਨ ਵੱਲੋਂ ਕਿ ਸਾਡਾ ਕਿਸੇ ਨਾ ਕਿਸੇ ਵੀ ਤਰ੍ਹਾਂ ਦਾ ਉਹ ਗਾਈਡਲਾਈਨ ਸਰਕਾਰ ਦਊਗੀ ਕੰਮ ਚਲਾਇਆ ਜਾਵੇ ਤਾਂ ਜੋ ਸਾਡੇ ਪਰਿਵਾਰ ਨੇ ਜੋ ਅਸੀਂ ਰਲ ਮਿਲ ਕੇ ਆਪਣੇ ਫੈਮਿਲੀ ਦੀ ਮਤਲਬ ਵੀ ਪਾਲਣ ਪੋਸ਼ਣ ਕਰ ਸਕੀਏ ਰੁਜ਼ਗਾਰ ਆਪਣਾ ਜੋ ਵੀ ਸਾਡਾ ਬੰਦ ਪਿਆ ਸੀ ਉਹ ਕਰ ਸਕੀਏ ਜੀ ਜੀ ਸਿੰਘ ਹਰਵਾਈ ਯੂਨੀਅਨ ਦਾ ਪ੍ਰਧਾਨ ਹਾਂ ਬਾਈ ਜੀ ਮੈਂ ਅੱਜ ਮਰਨੇ ਕਾਰ 'ਤੇ ਸਾਰੇ ਆਏ ਹੋਏ ਨੇ ਸਾਡੇ ਕੋਈ ਜਵਾਬ ਨਹੀਂ ਜੋ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਨੂੰ ਕਿੱਥੋਂ ਦੇਈ ਜਾਵਾਂਗੇ ਐਡਵਾਂਸ ਜੇ ਸਾਨੂੰ ਕਮਾਈ ਹੋ ਤਾਂ ਹੀ ਦੇਵਾਂਗੇ ਬੱਸਾਂ 'ਚ 52 ਸਵਾਰੀਆਂ ਵਾਲੀ 26 ਦੇ ਤਾ ਉਹ ਬੱਸ ਦੀ ਜ਼ਮੀਨ ਮਿਲ ਲੈਣ ਕਿੰਨੀ ਰੇਸ਼ੋ ਬਣਦੀ ਆ ਪਿੰਡ ਦੀ ਮਿਲ ਲੈਣ ਉਦੋਂ ਸਾਨੂੰ 2% ਘੱਟ ਦੇ ਦੇਣ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ 21 ਸਤੰਬਰ ਤੋਂ ਹੋਰਨਾਂ ਕਾਰੋਬਾਰਾਂ ਤਰ੍ਹਾਂ ਮੈਰਿਜ ਪੈਲੇਸ ਨੂੰ ਵੀ ਕੰਮ ਕਰਨ ਦੀ ਖੁੱਲ ਦਿੱਤੀ ਜਾਵੇ ਜੇ ਸਰਕਾਰ ਨਹੀਂ ਕਰਦੀ ਤਾਂ ਇਹਨਾਂ ਨੇ ਪੈਲਸਾਂ ਦੇ ਵਿੱਚ 30 ਬੰਦੇ ਅਤੇ ਬੱਸ ਦੇ ਵਿੱਚ 50 ਬੰਦਿਆਂ ਦਾ ਕਿਹੜੇ ਹਿਸਾਬ ਨਾਲ ਰੱਖ ਰਿਹਾ ਜਦਕਿ ਇੱਕ ਪੈਲਸ ਘੱਟੋ ਘੱਟ 12 ਨਾ ਸੀ 5-4 ਕਿੱਲਿਆਂ ਦੇ ਵਿੱਚ ਹੁੰਦਾ ਅਤੇ ਜਿਹੜੀ ਬੱਸ ਆ ਉਹ ਕੁਛ ਬਿਸਵਿਆਂ ਦੇ ਵਿੱਚ ਵੀ ਨਹੀਂ ਹੁੰਦੀ ਇਹ ਮੈਨੂੰ ਸਮਝ ਨਹੀਂ ਆ ਰਿਹਾ ਜੀ ਇਹਨਾਂ ਦੀ ਮਾੜੀਆਂ ਨੀਤੀਆਂ ਨੇ ਸਾਨੂੰ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਜਦਕਿ ਸੈਂਟਰ ਸਰਕਾਰ ਨੇ
ਉੱਪਰੋਂ ਸਾਨੂੰ 200 ਬੰਦੇ ਦੀ ਹਦਾਇਤ ਦਿੱਤੀ ਜਿਹੜੀ ਪੰਜਾਬ ਸਰਕਾਰ ਨੂੰ ਕੀ ਪ੍ਰੋਬਲਮ ਆ ਰਹੀ ਹੈ ਕਿ ਸਾਨੂੰ ਉਹ ਮਤਲਬ ਖੁੱਲ੍ਹ ਦੇ ਨਹੀਂ ਰਹੇ ਕੰਮ ਕਰਨ ਦੇ ਹੁਣ ਜਿਹੜੇ ਹਿਸਾਬ ਨਾਲ ਸਾਨੂੰ ਕੋਈ ਗਾਈਡਲਾਈਨ ਆ ਜਾਂਦੀ ਜਿਵੇਂ 200 ਬੰਦੇ ਦੀ ਗਾਈਡਲਾਈਨ ਦਿੱਤੀ ਹੈ ਸਾਨੂੰ ਪੱਤਰਕਾਰ ਨੇ ਜੇ ਕਿਤੇ ਆ ਚੁੱਕੀ ਹੁਣ ਸਾਡੇ ਕੋਲ ਬੁਕਿੰਗ ਹੋਣੀ ਸ਼ੁਰੂ ਹੋ ਜਾਂਦੀ ਹਾਲ ਦੀ ਘੜੀ ਕਿਸੇ ਦੇ ਬੰਦੇ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਬੁਕਿੰਗ ਨਹੀਂ ਤੇ ਤਕਰੀਬਨ ਸਾਰਾ ਸਮਾਨ ਸਾਡਾ ਲੋਨ ਦੇ ਉੱਪਰ ਆ ਹੁਣ ਲੋਨ ਵਾਲੇ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਜੀ ਨੋਟਿਸ ਆਉਣ ਲੱਗ ਗਏ ਹੁਣ ਕਰੀਏ ਕਿ ਸੜਕਾਂ ਤੇ ਉਤਰਨਾ ਸਾਡੇ ਕੋਈ ਸ਼ੌਂਕ ਨਹੀਂ ਆ ਸਾਡੀ ਮਜਬੂਰੀ ਬਣ ਚੁੱਕੀ ਤਾਂ ਸਾਨੂੰ ਸੜਕਾਂ ਤੇ ਉਤਰਨਾ ਪਿਆ ਇਸ ਮੌਕੇ ਪੈਲਸ ਐਸੋਸੀਏਸ਼ਨ ਅਤੇ ਸ਼ਹਿਰ ਦੀਆਂ 12 ਯੂਨੀਅਨਾਂ ਭਰੋਸਾ ਦਿੱਤਾ ਕਿ ਕੋਰੋਨਾ ਤੋਂ ਬਚਾਵ ਅਤੇ ਸਾਵਧਾਨੀਆਂ ਲਈ ਸਰਕਾਰ ਜੋ ਵੀ ਹਦਾਇਤਾਂ ਜਾਰੀ ਕਰਦੀ ਹੈ ਉਹਨਾਂ ਨੂੰ ਸਾਰੀਆਂ ਯੂਨੀਅਨਾਂ ਇਨ ਬਿਨ ਪਾਲਣਾ ਕਰਨ ਲਈ ਪਾਬੰਦ ਰਹਿਣਗੀਆਂ ਬਿਲਕੁਲ ਅਸੀਂ ਕੋਵਿਡ ਦੇ ਨਿਯਮਾਂ ਦੀ ਪੂਰੀ ਪਾਲਣਾ ਕਰਾਂਗੇ ਸਰਕਾਰ ਸਾਨੂੰ ਜੋ ਵੀ ਹਦਾਇਤਾਂ ਦੇਵੇਗੀ ਅਸੀਂ ਉਸਦੀ ਬਿਲਕੁਲ ਵੀ ਉਲੰਘਣਾ ਨਹੀਂ ਕਰਾਂਗੇ ਕੋਵਿਡ-19 ਦੇ ਸਾਰੇ ਨਿਯਮਾਂ ਦੀ ਅਸੀਂ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਨ ਨੂੰ ਤਿਆਰ ਹਾਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਮੰਨਣ ਨੂੰ ਤਿਆਰ ਹਾਂ ਸੰਦੇਸ਼ ਲਈ ਬਰਨਾਲਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ